ਚੱਕਦੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਸਵਾਗਤ ਹੈ ਮੈਂ ਸਿਮਿਤਾ ਲੀਵਾਲ ਚੱਕਦੀ ਟੀਵੀ ਵੱਲੋਂ ਇੱਕ ਵਾਰੀ ਫਿਰ ਲੈ ਕੇ ਹਾਜ਼ਰਾਂ ਜਿਮਨੀ ਚੋਣਾ ਜਿਹੜੀਆਂ ਉਪ ਚੋਣਾ ਹੋਈਆਂ ਚਾਰ ਹਲਕਿਆਂ ਦੇ ਵਿੱਚ ਉਸ ਦਾ ਫਾਈਨਲ ਰਿਜ਼ਲਟ ਲੈ ਕੇ ਜੀ ਹਾਂ ਬਿਲਕੁਲ ਹੁਣ ਤੁਹਾਨੂੰ ਦੱਸ ਦੇਣਾ ਹੈ ਕਿ ਜਿਹੜੀਆਂ ਇਲੈਕਸ਼ਨਾਂ ਹੋਈਆਂ ਉਹਨਾਂ ਦਾ ਫਾਈਨਲ ਰਿਜ਼ਲਟ ਕੀ ਹੈ ਤੁਹਾਨੂੰ ਦੱਸ ਦੇਣਾ ਕਿ ਮੁਕੇਰੀਆ ਤੋਂ индуਬਾਲਾ ਕਾਂਗਰਸ ਦੀ ਉਮੀਦਵਾਰਾ ਜਿਹੜੀ ਉਹ ਜਿੱਤ ਚੁੱਕੀ ਆ ਕਾਂਗਰਸ ਮਤਲਬ ਕਿ ਜਿਹੜੀ ਮੁਕੇਰੀਆ ਦੀ ਸੀਟ ਆ ਉਹ ਕਾਂਗਰਸ ਨੇ ਹਾਸਲ ਕਰ ਲਈ ਆ ਕਿੰਨੀਆਂ ਇਸ ਉਹਨਾਂ ਨੇ ਹਾਸਲ ਕੀਤੀ ਆ 3440 ਵੋਟਾਂ ਨਾਲ ਕਾਂਗਰਸ ਨੇ ਜਿਹੜੀ ਆ ਇਹ ਸੀਟ ਆ ਜਿਹੜੀ ਉਹ ਜਿੱਤੀ ਆ ਉਸ ਤੋਂ ਬਾਅਦ ਆ ਗੱਲ ਕਰਦੇ ਆ ਫਗਵਾੜਾ ਦੀ ਫਗਵਾੜਾ ਤੋਂ ਬਲਵਿੰਦਰ ਸਿੰਘ ਧਾਲੀਵਾਲ ਉਹ ਵੀ ਕਾਂਗਰਸ ਦੇ ਉਮੀਦਵਾਰ ਸੀ ਉਹ ਵੀ ਕਾਂਗਰਸ ਵੱਲੋਂ ਉਮੀਦਵਾਰ ਖੜੇ ਕੀਤੇ ਗਏ ਸੀ ਤੇ ਉਹਨਾਂ ਨੇ ਜਿਹੜੀ ਜਿੱਤ ਹਾਸਲ ਕੀਤੀ ਆ ਉਹ ਕੀਤੀ ਆ 26116 ਵੋਟਾਂ ਦੇ ਨਾਲ ਜਿਹੜੀ ਹੈਗੀ ਆ ਫਗਵਾੜਾ ਦੀ ਸੀਟ ਕਾਂਗਰਸ ਪਾਰਟੀ ਨੇ ਆਪਣੀ ਝੋਲੀ ਦੇ ਵਿੱਚ ਪਾਈ ਆ ਤੇ ਉਸ ਤੋਂ ਬਾਅਦ ਗੱਲ ਕਰਦੇ ਆ ਦਾਖਾ ਦੀ ਦਾਖਾ ਦੇ ਵਿੱਚ ਅਕਾਲੀ ਦਲ ਉਮੀਦਵਾਰ ਮਨਪ੍ਰੀਤ ਯਾਲੀ ਆ ਜਿਹੜੇ ਉਹਨਾਂ ਨੇ ਜਿੱਤ ਹਾਸਲ ਕੀਤੀ ਆ ਜਿੱਤ ਹਾਸਲ ਕੀਤੀ ਆ ਉਹਨਾਂ ਨੇ 676 ਵੋਟਾਂ ਦੇ ਨਾਲ ਜੀ ਹਾਂ ਬਿਲਕੁਲ ਉਸ ਤੋਂ ਬਾਅਦ ਗੱਲ ਕਰਦੇ ਆ ਜਲਾਲਾਬਾਦ ਦੀ ਜਲਾਲਾਬਾਦ ਰਵਿੰਦਰ ਸਿੰਘ ਅਵਲਾ 16633 ਵੋਟਾਂ ਲੈ ਕੇ ਜਿਹੜੇ ਆ ਜਿੱਤ ਹਾਸਲ ਕੀਤੀ ਆ ਉਹਨਾਂ ਨੇ ਵੀ ਤੇ ਜਿਵੇਂ ਕਿ ਅਸੀਂ ਪਹਿਲਾਂ ਹੀ ਤੁਹਾਨੂੰ ਪਹਿਲੇ ਲਾਈਵ ਦੇ ਵਿੱਚ ਵੀ ਅਸੀਂ ਤੁਹਾਨੂੰ ਦੱਸਿਆ ਸੀਗਾ ਕਿ ਜਿਹੜੀਆਂ ਉਮੀਦ ਆ ਜਿਹੜੀ ਉਹ ਪਹਿਲਾਂ ਹੀ ਲਗਾਈ ਜਾ ਰਹੀ ਸੀ ਆਸਾਰ ਸੀ ਜਿਹੜੇ ਉਹ ਪਹਿਲਾਂ ਹੀ ਲਗਾਏ ਜਾ ਰਹੇ ਸੀਗੇ ਕਿ ਫਗਵਾੜਾ ਮੁਕੇਰੀਆ ਜਲਾਲਾਬਾਦੀ ਜਿਹੜੀ ਸੀਟ ਆ ਉਹ ਕਾਂਗਰਸ ਦੇ ਪੱਲੇ ਹੀ ਜਾਏਗੀ ਤੇ ਦਾਖਾਂ ਦੀ ਜਿਹੜੀ ਸੀਟ ਆ ਉਹ ਅਕਾਲੀ ਦਲ ਦੇ ਪੱਲੇ ਜਾਏਗੀ ਤਾਂ ਹੋਇਆ ਵੀ ਐਵੇਂ ਫਾਈਨਲ ਰਿਜ਼ਲਟ ਵੀ ਇਹੀ ਆ ਕਿ ਫਗਵਾੜਾ ਮੁਕੇਰੀਆ ਜਲਾਲਾਬਾਦ ਦੀ ਜਿਹੜੀ ਸੀਟ ਆ ਉਹ ਕਾਂਗਰਸ ਦੇ ਪੱਲੇ ਗਈ ਆ ਤੇ ਜਿਹੜੀ ਦਾਖਾਂ ਦੀ ਸੀਟ ਹੈਗੀ ਆ ਉਹ ਅਕਾਲੀ ਦਲ ਨੂੰ ਮਿਲਿਆ ਪਰ ਟੋਟਲ ਸੈਟ ਆ ਕਹਿ ਸਕਦੇ ਆ ਕਿ ਆਪਾਂ ਜਿਹੜੀਆਂ ਹੋਰ ਪਾਰਟੀਆਂ ਨੇ ਬੀਜੇਪੀ ਲੇਪਤੇ ਆਪ ਤੇ ਅਦਰ ਪਾਰਟੀਆਂ ਹੋਰ ਸੀਗੀਆਂ ਜਿਹੜੀਆਂ ਉਹ ਥੋੜੀਆਂ ਹੀ ਵੋਟਾਂ ਦੇ ਵਿੱਚ ਸਿਮਟਦੀਆਂ ਨਜ਼ਰ ਆਈਆਂ ਤੇ ਇਹਨਾਂ ਵੋਟਾਂ ਤੋਂ ਬਾਅਦ ਤੇ ਇਹਨਾਂ ਰਿਜ਼ਲਟ ਤੋਂ ਬਾਅਦ ਜਿੱਤ ਜਿੰਨੀ ਵੀ ਹੋਈ ਆ ਕਾਂਗਰਸ ਦੀ ਤੇ ਅਕਾਲੀ ਦਲ ਦੀ ਅਕਾਲੀ ਦਲ ਦੇ ਦਾਖਾਂ ਦੇ ਵਿੱਚ ਜਿੱਤ ਹੋਣ ਤੋਂ ਬਾਅਦ ਅਕਾਲੀ ਦਲ ਜਿਹੜੀ ਪਾਰਟੀ ਆ ਵਰਕਰਾਂ ਦੇ ਵਿੱਚ ਪੂਰਾ ਉਤਸ਼ਾਹ ਦੇਖਿਆ ਜਾ ਰਿਹਾ ਦਾਖਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਵਰਕਰਾਂ ਦੇ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਤੇ ਉਹਨਾਂ ਵੱਲੋਂ ਜਿਹੜੀ ਖੂਬ ਖੁਸ਼ੀ ਮਨਾਈ ਜਾ ਰਹੀ ਹੈ ਢੋਲ বাজਾਏ ਜਾ ਰਹੇ ਨੇ ਤੇ ਗਾਣਿਆ ਤੇ ਪੰਗੜਾ ਵੀ ਪਾਇਆ ਜਾ ਰਿਹਾ ਤੇ ਉਸ ਤੋਂ ਬਾਅਦ ਫਗਵਾੜਾ ਦਾ ਖ ਜਲਾਲਾਬਾਦ ਦੀ ਸੀਟ ਕਾਂਗਰਸ ਨੂੰ ਮਿਲਣ ਤੋਂ ਬਾਅਦ ਕਾਂਗਰਸ ਜਿਹੜੀ ਕਾਂਗਰਸ ਦੇ ਵਰਕਰਾਂ ਦੇ ਵਿੱਚ ਵੀ ਪੂਰਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਤੇ ਉਹਨਾਂ ਵੱਲੋਂ ਵੀ ਆਪਣੀ ਖੁਸ਼ੀ ਹੈ ਜਿਹੜੀ ਜ਼ਾਹਰ ਕੀਤੀ ਜਾ ਰਹੀ ਆ ਢੋਲ ਵਜਾ ਕੇ ਤੇ ਉਹਨਾਂ ਵੱਲੋਂ ਵੀ ਪੂਰਾ ਜਿਹੜਾ ਕਹਿ ਸਕਦੇ ਆ ਕਿ ਖੁਸ਼ੀ ਆ ਜਿਹੜੀ ਪੂਰੀ ਮਨਾਈ ਜਾ ਰਹੀ ਆ ਵਰਕਰਾਂ ਵੱਲੋਂ ਵੀ ਤੇ ਵੱਡੇ ਲੀਡਰਾਂ ਵੱਲੋਂ ਵੀ ਤੇ ਮਨਪ੍ਰੀਤ ਆਐਲਾਈ ਨੇ ਵੀ ਜਿਹੜਾ ਹੈਗਾ ਆਐਲਾਈ ਨੇ ਵੀ ਆਪਣਾ ਬਿਆਨ ਦਿੱਤਾ ਮੀਡੀਆ ਸਾਹਮਣੇ ਕਿ ਇਹ ਉਹਨਾਂ ਦੀ ਜਿੱਤ ਨਹੀਂ ਹੈਗੀ ਉਹ ਜਿਹੜੇ ਦਾਖਾ ਲੋਕਾਂ ਦੀ ਜਿੱਤ ਹੋਈ ਆ ਉਹਨਾਂ ਦੀ ਜਿੱਤ ਨਹੀਂ ਹੋਈ ਉਸ ਤੋਂ ਬਾਅਦ ਤੁਹਾਨੂੰ ਇੱਕ ਵਾਰੀ ਫੇਰ ਜਲਦੀ-ਜਲਦੀ ਦੱਸਦੇ ਆ ਕਿ ਫਗਵਾੜਾ ਮੁਕਵੇਰੀਆ ਤੇ ਜਲਾਲਾਬਾਦ ਦੀ ਸੀਟ ਆ ਜਿਹੜੀ ਉਹ ਕਾਂਗਰਸ ਦੇ ਚੋਲੀ ਗਈ ਆ ਤੇ ਦਾਖਾ ਦੀ ਸੀਟ ਆ ਜਿਹੜੀ ਉਹ ਅਕਾਲੀ ਦਲ ਨੂੰ ਮਿਲੀ ਆ ਤੇ ਇਸ ਤੋਂ ਬਾਅਦ ਹੋਰ ਅਪਡੇਟਸ ਦੇ ਇਸ ਤੋਂ ਬਾਅਦ ਹੋਰ ਅਪਡੇਟਸ ਦੇ ਲਈ ਤੁਸੀਂ ਚੱਕਦੇ ਟੀਵੀ ਨਾਲ ਹਮੇਸ਼ਾ ਹੀ ਜੁੜੇ ਰਹੋ ਤੇ ਜੁੜੇ ਰਹੋ ਤੇ ਇਸ ਤੋਂ ਬਾਅਦ ਤੁਸੀਂ ਇਹਨਾਂ ਚੀਜ਼ਾਂ ਬਾਰੇ ਕੁਝ ਵੀ ਅਪਡੇਟ ਕਰਨਾ ਚਾਹੁੰਦੇ ਹੋ ਜਾਂ ਫਿਰ ਕੋਈ ਕਮੈਂਟ ਬਾਕਸ ਦੇ ਵਿੱਚ ਕੋਈ ਗੱਲ ਕਹਿਣਾ ਚਾਹੁੰਦੇ ਹੋ ਤਾਂ ਤੁਸੀਂ ਚੱਕਦੇ ਟੀਵੀ ਦੇ ਕਮੈਂਟ ਬਾਕਸ ਦੇ ਵਿੱਚ ਆ ਕੇ ਕਹਿ ਸਕਦੇ ਹੋ ਤੇ ਹੋਰ ਅਪਡੇਟਸ ਦੇ ਲਈ ਤੁਸੀਂ ਜੁੜੇ ਰਹੋ ਚੱਕਦੇ ਟੀਵੀ ਨਾਲ ਚੱਕਦੇ ਟੀਵੀ ਨਾਲ ਜੁੜੇ ਰਹਿਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਿਓ